ਸ਼੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਡੈਂਟਲ ਸਾਇੰਸ ਐਂਡ ਰਿਸਰਚ, ਜੋ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਿਤ ਹੈ। ਇਹ ਕਾਲਜ ਅੱਜ ਦੇ ਸਮੇਂ ਦੀ ਹਰ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੈ। ਇਸ ਕਾਲਜ ਦਾ ਸਟਾਫ ਵੈੱਲ ਕੁਆਲੀਫਾਈਡ ਐਂਡ ਕੋਆਪਰੇਟਿਵ ਹੈ ਅਤੇ ਪ੍ਰਿੰਸੀਪਲ ਡਾਕਟਰ ਕਵੀਪਾਲ ਸਿੰਘ ਜੀ ਬੱਚਿਆਂ ਦੀ ਹਰ ਤਰ੍ਹਾਂ ਦੀ ਸਮੱਸਿਆਵਾਂ ਨੂੰ ਹੱਲ ਕਰਦੇ ਹਨ ਅਤੇ ਨਵੀਂ ਨਵੀਂ ਤਕਨੀਕ ਇਸ ਕਾਲਜ ਵਿੱਚ ਬੱਚਿਆਂ ਨੂੰ ਪ੍ਰੋਵਾਈਡ ਕਰਵਾਉਂਦੇ ਹਨ। ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਪ੍ਰਿੰਸੀਪਲ ਡਾਕਟਰ ਕਵੀਪਾਲ ਸਿੰਘ ਜੀ ਨੇ ਕਾਲਜ ਬਾਰੇ ਜਾਣਕਾਰੀ ਦਿੱਤੀ। ਮੈਂ ਡਾਕਟਰ ਕਵੀਪਾਲ ਸਿੰਘ, ਪ੍ਰਿੰਸੀਪਲ ਸ਼੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਡੈਂਟਲ ਸਾਇੰਸ ਐਂਡ ਰਿਸਰਚ ਅੰਮ੍ਰਿਤਸਰ ਵਿੱਚ ਮਈ 2016 ਤੋਂ ਇਹ ਸੇਵਾ ਨਿਭਾ ਰਿਹਾ ਹਾਂ। ਦੇਖੋ ਜੀ, ਇਸ ਜਿਹੜੀ ਸਾਡੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਡੈਂਟਲ ਸਾਇੰਸ ਐਂਡ ਰਿਸਰਚ ਹੈ, ਇਹ ਸੰਨ 1992 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਦੀ ਸਥਾਪਨਾ ਕੀਤੀ ਗਈ ਸੀਗੀ। ਔਰ ਇਹ ਸੰਸਥਾ ਦਾ ਜਿਹੜਾ ਮੁੱਖ ਮੰਤਵ ਇਹ ਸੀਗਾ ਕਿ ਇੱਥੇ ਵਿਦਿਆਰਥੀਆਂ ਨੂੰ ਇੱਕ ਆਧੁਨਿਕ ਦੰਦਾਂ ਬਾਰੇ ਉਹਨਾਂ ਦੀ ਐਜੂਕੇਸ਼ਨ ਦਿੱਤੀ ਜਾਵੇ ਅਤੇ ਜਨਤਾ ਨੂੰ ਇਹ ਦੰਦਾਂ ਦੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਜਾਵੇ। ਦੇਖੋ, ਇਹ ਸੰਸਥਾ ਸਾਡੀ 1992 ਵਿੱਚ ਸ਼ੁਰੂ ਹੋਈ ਸੀ ਅਤੇ ਮੈਂ ਇੱਥੇ ਦੱਸਣਾ ਇੱਕ ਜ਼ਰੂਰੀ ਸਮਝਦਾ ਕਿ 2017 ਦੇ ਵਿੱਚ ਸੰਸਥਾ ਨੇ ਸਾਡੇ ਸਫਲਤਾਪੂਰਵਕ 25 ਸਾਲ ਪੂਰੇ ਕੀਤੇ ਅਤੇ 2017 'ਚ ਪਿਛਲੇ ਸਾਲ ਅਸੀਂ ਇੱਕ ਸਿਲਵਰ ਜੁਬਲੀ ਸਮਾਰੋਹ ਇੱਥੇ ਸੰਸਥਾ ਦੇ ਵਿੱਚ ਹੀ ਆਯੋਜਿਤ ਕੀਤਾ, ਜਿਸ ਵਿੱਚ ਕਿ ਦੇਸ਼ ਅਤੇ ਵਿਦੇਸ਼ ਵਿੱਚੋਂ ਸਾਡੇ ਜਿਹੜੇ ਪੁਰਾਣੇ ਵਿਦਿਆਰਥੀ ਸੀ ਉਹਨਾਂ ਨੇ ਬੜੇ ਵੱਧ ਚੜ੍ਹ ਕੇ ਸ਼ਿਰਕਤ ਕੀਤੀ ਅਤੇ ਦੇਸ਼ ਦੇ ਵਿਦਿਆਰਥੀ ਵਿਦੇਸ਼ ਵਿੱਚੋਂ ਆਏ ਸਪੀਕਰਸ ਨੇ ਇੱਥੇ ਇੱਕ ਸਾਇੰਟਿਫਿਕ ਪ੍ਰੋਗਰਾਮ ਅਸੀਂ ਆਯੋਜਿਤ ਕੀਤਾ, ਜਿਹਦੇ ਵਿੱਚ ਉਹਨਾਂ ਨੇ ਆ ਕੇ ਸਾਨੂੰ ਆਪਣੇ ਲੇਟੈਸਟ ਟੈਕਨੋਲੋਜੀ, ਲੇਟੈਸਟ ਰਿਸਰਚ ਬਾਰੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸਮੇਂ ਸੰਸਥਾ ਦੇ ਜਿਹੜੀ ਸਾਡੀ ਸ਼ੁਰੂ ਹੋਈ ਸੀਗੀ, ਇਹ ਜਿਹੜਾ ਸ਼ਹੀਦਾਂ ਸਾਹਿਬ ਲਾਗੇ ਸਾਡਾ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਹੈਗਾ, ਉੱਥੇ ਸ਼ੁਰੂ ਹੋਈ ਸੀਗੀ 1992 ਵਿੱਚ ਅਤੇ 1998 ਦੇ ਵਿੱਚ ਅਸੀਂ ਇਹ ਆਪਣੀ ਮੌਜੂਦਾ ਸ਼ਾਨਦਾਰ ਬਿਲਡਿੰਗ ਦੇ ਵਿੱਚ ਅਸੀਂ ਸ਼ਿਫਟ ਕੀਤਾ। ਸਾਡੇ ਕੋਲ 60 BDS ਦੀਆਂ ਸੀਟਾਂ ਹਨ ਅਤੇ 6 ਸਪੈਸ਼ਲਟੀਆਂ ਦੇ ਵਿੱਚ ਸਾਡੇ ਕੋਲੋਂ PG ਅਸੀਂ ਕੋਰਸ ਚੱਲ ਰਹੇ ਹਨ, ਜਿਨ੍ਹਾਂ ਦੇ ਵਿੱਚ ਅਸੀਂ 3 ਸੀਟਾਂ ਹਰ ਇੱਕ ਸਪੈਸ਼ਲਟੀ ਦੀਆਂ ਹਨ। ਟੋਟਲ ਅਸੀਂ 18 ਪੋਸਟ ਗ੍ਰੈਜੂਏਟ ਸਟੂਡੈਂਟ ਸਾਡੇ ਕੋਲ ਹਨ। ਦੇਖੋ, ਸਾਡੀ ਸੰਸਥਾ ਦੇ ਵਿੱਚ ਲਗਾਤਾਰ ਪਬਲਿਕ ਹੈਲਥ ਡੈਂਟਿਸਟਰੀ ਡਿਪਾਰਟਮੈਂਟ ਵੱਲੋਂ ਲਗਾਤਾਰ, ਖਾਸ ਕਰਕੇ ਸਾਡੇ ਜਿਹੜੇ ਬਾਰਡਰ ਏਰੀਆਜ ਹੈਗੇ ਨੇ ਜਾਂ ਪੇਂਡੂ ਇਲਾਕੇ ਹੈਗੇ ਨੇ, ਉਹਨਾਂ ਵਿੱਚ ਅਸੀਂ ਕੈਂਪ ਲਗਾਏ ਜਾਂਦੇ ਹਨ ਅਤੇ ਉੱਥੋਂ ਜਿਹੜੇ ਕੈਂਪ ਦੇ ਜਿਹੜੇ ਪੇਸ਼ੈਂਟਸ ਮਰੀਜ਼ ਆਉਂਦੇ ਨੇ ਉਹਨਾਂ ਨੂੰ ਅਸੀਂ ਇੱਥੇ ਇੱਕ ਪਹਿਲ ਦੇ ਆਧਾਰ 'ਤੇ ਟ੍ਰੀਟ ਕਰਦੇ ਹਾਂ ਅਤੇ ਉਹਨਾਂ ਨੂੰ ਜਿਹੜੇ ਇਲਾਜ ਦੇ ਵਿੱਚ ਵੀ ਛੋਟ ਦਿੰਦੇ ਹਾਂ। ਦੂਸਰਾ, ਜਿਹੜੀ ਸਾਡੀ ਸੰਸਥਾ ਹੈਗੀ ਆ, ਚੈਰੀਟੇਬਲ ਹੋਣ ਦੇ ਨਾਤੇ ਸਾਡੇ ਕੋਲ ਮਰੀਜ਼ ਬਹੁਤ ਜ਼ਿਆਦਾ ਆਉਂਦੇ ਨੇ ਅਤੇ ਜਿਹੜੇ ਪਿੰਗਲਵਾੜੇ ਦੇ ਜਿਹੜੇ ਮਰੀਜ਼ ਹੈਗੇ ਨੇ ਉਹਨਾਂ ਦਾ ਅਸੀਂ ਬਿਲਕੁਲ ਹੀ ਫ੍ਰੀ ਇਲਾਜ ਕਰਦੇ ਹਾਂ। ਆਪਣੇ ਜਿਹੜੇ ਸਟੂਡੈਂਟਸ ਹੈਗੇ ਨੇ ਉਹਨਾਂ ਵਾਸਤੇ ਅਸੀਂ ਲਗਾਤਾਰ ਕੰਟੀਨਿਊਸ ਡੈਂਟਲ ਐਜੂਕੇਸ਼ਨ ਪ੍ਰੋਗਰਾਮ CDE ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਅਸੀਂ ਕਰਦੇ ਹਾਂ, ਜਿਹਦੇ ਵਿੱਚ ਦੇਸ਼ ਅਤੇ ਵਿਦੇਸ਼ ਤੋਂ ਜਿਹੜੇ ਐਮੀਨੈਂਟ ਸਪੀਕਰਸ ਹੈਗੇ ਨੇ ਉਹ ਬੁਲਾ ਕੇ ਅਸੀਂ ਉਹਨਾਂ ਨਾਲ ਵਿਚਾਰ ਸਾਂਝੇ ਕਰਦੇ ਹਾਂ। ਉਹ ਆਪਣੇ ਜਿਹੜੇ ਲੇਟੈਸਟ ਸਰਚ ਕੀਤੀ ਹੋਵੇ ਜਾਂ ਲੇਟੈਸਟ ਕੋਈ ਉਹਨਾਂ ਨੇ ਰਿਸਰਚ ਦੇ ਨਾਲ ਕੋਈ ਰਿਜ਼ਲਟਸ ਆਏ ਹੋਣ ਉਹ ਸਾਡੇ ਨਾਲ ਸਾਂਝੇ ਕਰਦੇ ਨੇ। ਉਹਦੇ ਨਾਲ ਨਾਲ ਅਸੀਂ ਸਟੂਡੈਂਟਸ ਨੂੰ ਇੱਕ ਐਕਸਟਰਾ ਕਰਿਕੁਲਰ ਐਕਟੀਵਿਟੀਜ਼ ਵਾਸਤੇ ਅਸੀਂ ਉਹਨਾਂ ਨੂੰ ਬਾਹਰ ਵੀ ਉਹਨਾਂ ਨੂੰ ਭੇਜਦੇ ਹਾਂ, ਖਾਸ ਕਰਕੇ ਜਿੱਦਾਂ ਬੱਚਿਆਂ ਦੇ ਸਾਡੇ ਜਿਹੜੇ ਅਨੰਦਪੁਰ ਸਾਹਿਬ ਜਿਹੜੇ ਸਾਡੇ ਧਾਰਮਿਕ ਸਥਾਨ ਹੈ ਉਹਨਾਂ ਦੀ ਵੀ ਅਸੀਂ ਉਹਨਾਂ ਬੱਚਿਆਂ ਨੂੰ ਅਸੀਂ ਉੱਥੇ ਉਹਦੇ ਵਾਸਤੇ ਭੇਜਦੇ ਹਾਂ ਅਤੇ ਜਿਹੜੇ ਸਾਡੇ ਇੱਥੇ ਹੈਗੇ ਉਹਨਾਂ ਵਾਸਤੇ ਅਸੀਂ ਇੱਕ ਕੰਟੀਨਿਊਸ ਜਿਹੜਾ ਸਾਡਾ ਇੱਕ ਹੈਗਾ, ਜਿੱਦਾਂ ਅਸੀਂ ਸਪੋਰਟਸ ਐਕਟੀਵਿਟੀਜ਼ ਸਾਡੀਆਂ ਕੰਟੀਨਿਊਸ ਹੁੰਦੀਆਂ ਹੈ, ਐਨੂਅਲ ਫੰਕਸ਼ਨ ਸਾਡਾ ਇੱਕ ਹੈਗਾ ਜਿਹੜਾ ਕੰਟੀਨਿਊਸ ਅਸੀਂ ਕਰਵਾ ਰਹੇ ਹਾਂ ਪਿਛਲੇ ਸਾਲਾਂ ਤੋਂ। ਉਸਦੇ ਨਾਲ ਨਾਲ ਜਿਹੜੇ ਜਦੋਂ ਨਵੇਂ ਬੱਚੇ ਸਾਡੇ ਕੋਲ ਆਉਂਦੇ ਨੇ ਫਸਟ ਈਅਰ ਦੇ, ਅਤੇ ਉਹਨਾਂ ਨੂੰ ਅਸੀਂ ਓਰੀਐਂਟੇਸ਼ਨ ਪ੍ਰੋਗਰਾਮ ਦੇ ਨਾਲ ਨਾਲ ਉਹਨਾਂ ਦੇ ਨਾਲ ਅਸੀਂ ਫਰੈਸ਼ਰਸ ਪਾਰਟੀ ਵੀ ਇੱਕ ਅਰੇਂਜ ਕਰਦੇ ਹਾਂ ਅਤੇ ਜਿਹੜੇ ਸਾਡੇ ਬੱਚੇ ਇੱਥੋਂ ਆਪਣੀ ਵਿੱਦਿਆ ਪੂਰੀ ਕਰਕੇ ਚਲੇ ਜਾਂਦੇ ਨੇ ਉਹਨਾਂ ਵਾਸਤੇ ਅਸੀਂ ਇੱਕ ਵੈਲਕਮ, ਉਹਨਾਂ ਵਾਸਤੇ ਅਸੀਂ ਫੇਅਰਵੈਲ ਪਾਰਟੀ ਵੀ ਆਯੋਜਿਤ ਕੀਤੀ ਜਾਂਦੀ ਹੈ। ਦੇਖੋ, ਵਿੱਦਿਆ ਦੇ ਖੇਤਰ ਵਿੱਚ ਸਾਡੇ ਜਿਹੜੇ ਵਿਦਿਆਰਥੀ ਨੇ, ਸਾਡੇ ਪੋਸਟ ਗ੍ਰੈਜੂਏਟ ਸਟੂਡੈਂਟਸ ਹੈਗੇ ਨੇ, ਉਹ ਬਾਬਾ ਫਰੀਦ ਯੂਨੀਵਰਸਿਟੀ ਤੋਂ ਟੋਪਰ ਹੈਗੇ ਨੇ, ਗੋਲਡ ਮੈਡਲਿਸਟ ਹੈਗੇ ਨੇ। ਸਾਡੇ ਜਿਹੜੇ ਦੂਸਰੇ ਸਟੂਡੈਂਟਸ ਹੈਗੇ ਨੇ, ਅੰਡਰ ਗ੍ਰੈਜੂਏਟ ਸਟੂਡੈਂਟਸ ਹੈਗੇ ਨੇ, ਉਹ ਸਾਡੇ ਜਿਹੜੇ ਡਿਫਰੈਂਟ ਡਿਫਰੈਂਟ ਔਰਗਨਾਈਜੇਸ਼ਨਸ ਹੈਗੀਆਂ ਨੇ ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਫਸਟ ਗੋਲਡ ਮੈਡਲ ਜਾਂ ਸਿਲਵਰ ਮੈਡਲ ਇਹ ਮਿਲਦਾ ਹੈ। ਸਾਡੇ ਜਿਹੜੇ ਸਟਾਫ ਮੈਂਬਰਸ ਹੈਗੇ ਨੇ ਉਹਨਾਂ ਨੂੰ ਵੀ ਵਿਦੇਸ਼ 'ਚ ਜਾ ਕੇ ਉਹ ਇੱਕ ਗੈਸਟ ਲੈਕਚਰ ਵੀ ਦਿੰਦੇ ਨੇ। ਮੈਨੂੰ ਵੀ ਪਿਛਲੇ ਸਾਲ ਡੈਂਟਲ ਕਾਂਗਰਸ ਲੰਡਨ ਦੇ ਵਿੱਚ ਇੱਕ ਇੰਟਰਨੈਸ਼ਨਲ ਬੈਸਟ ਡੈਂਟਲ ਐਜੂਕੇਟਰ ਦਾ ਅਵਾਰਡ ਮਿਲਿਆ ਹੈ। ਲੜਕੀਆਂ ਦੀ ਸੇਫਟੀ ਵਾਸਤੇ ਸਾਡੇ ਕੋਲ ਪੂਰਾ ਹੈਗਾ, ਸਾਡੇ CCTV ਕੈਮਰੇਜ ਲੱਗੇ ਹੋਏ ਨੇ। ਅਸੀਂ ਆਮ ਜਿਹੜੇ ਬੱਚੇ ਸਾਡੇ ਕੋਲ ਆਉਂਦੇ ਨੇ ਉਹਨਾਂ ਨੂੰ ਅਸੀਂ ਜੈਂਡਰ ਉਹਦੇ ਨਾਲ ਉਹਨਾਂ ਦੇ ਲੈਕਚਰ ਦਿੱਤੇ ਜਾਂਦੇ ਨੇ ਕਿ ਉਹ ਕੋਈ ਉਹਨਾਂ ਨੂੰ ਗਲਤ ਕੋਈ ਬੱਚੇ, ਖਾਸ ਕਰਕੇ ਜਿਹੜੇ ਸਾਡੇ ਬੱਚੀਆਂ ਨੇ ਉਹਨਾਂ ਨੂੰ ਕੋਈ ਗਲਤ ਇੱਦਾਂ ਕੋਈ ਸ਼ਬਦਾਵਲੀ ਜਾਂ ਇੱਦਾਂ ਕੋਈ ਨਾ ਵਰਤੀ ਜਾਵੇ।
ਉਸ ਕਰਕੇ ਸਾਡੇ ਜਿਹੜੇ ਸਟਾਫ ਮੈਂਬਰਸ ਹੈਗੇ ਨੇ ਉਹ ਪੂਰਾ ਇਸ ਚੀਜ਼ ਦਾ ਖਿਆਲ ਰੱਖਦੇ ਹੈਗੇ ਨੇ ਕਿ ਇੱਦਾਂ ਦੀ ਕੋਈ ਘਟਨਾ ਇਸ ਸੰਸਥਾ 'ਚ ਨਾ ਵਾਪਰੇ। ਜਿਹੜੇ ਫਾਈਨੈਂਸ਼ਲੀ ਇਸ ਤਰ੍ਹਾਂ ਤੁਸੀਂ ਜਿਹੜੇ ਅਫੋਰਡ ਕਈ ਵਾਰੀ ਨਹੀਂ ਕਰ ਪਾਉਂਦੇ ਤਾਂ ਉਹਨਾਂ ਨੂੰ ਇੱਕ ਤਾਂ ਜਿਹੜੇ ਪੋਸਟ ਮੈਟ੍ਰਿਕ ਸਕੋਲਰਸ਼ਿਪ ਨਾਲ ਸਾਡਾ ਇੰਸਟੀਚਿਊਟ ਉਹਦੇ ਨਾਲ ਅਟੈਚਡ ਹੈਗਾ, ਉਹਨੂੰ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕੋਲਰਸ਼ਿਪ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਫੀਸ ਅਤੇ ਸਾਰਾ ਕੁਝ ਕਵਰ ਕੀਤਾ ਜਾਂਦਾ। ਬਾਕੀ ਜਿਹੜੇ ਬੱਚੇ ਨੇ ਜਦੋਂ ਜਦੋਂ ਵੀ ਸਾਡੇ ਕੋਲ ਆਉਂਦੇ ਨੇ, ਕੋਈ ਉਹਨਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਅਸੀਂ ਹਰ ਸੰਭਵ ਸਮੱਸਿਆ ਦਾ ਉਹਨਾਂ ਦਾ ਹੱਲ ਕਰਕੇ ਹਰ ਸੰਭਵ ਉਹਨਾਂ ਨੂੰ ਮਦਦ ਕੀਤੀ ਜਾਂਦੀ ਹੈ। ਦੇਖੋ, ਆਉਣ ਵਾਲੀ ਸਮੇਂ ਦੇ ਵਿੱਚ ਅਸੀਂ ਆਪਣੇ ਸੰਸਥਾ ਦਾ ਜਿਹੜਾ ਹੈਗਾ ਇੱਕ MOU ਅਸੀਂ ਸਾਈਨ ਕਰਨ ਜਾ ਰਹੇ ਹਾਂ ਵਿਦੇਸ਼ਾਂ ਦੀਆਂ ਯੂਨੀਵਰਸਿਟੀਜ਼ ਅਤੇ ਕਾਲਜਾਂ ਦੇ ਨਾਲ, ਜਿਨ੍ਹਾਂ ਦੇ ਨਾਲ ਉਹਨਾਂ ਦੇ ਬੱਚੇ ਸਾਡੇ ਇੰਸਟੀਚਿਊਟ 'ਚ ਆ ਸਕਣ, ਸਾਡੇ ਬੱਚੇ ਉਹਨਾਂ ਦੇ ਇੰਸਟੀਚਿਊਟ 'ਚ ਜਾ ਕੇ ਉਹਨਾਂ ਦੇ ਕੰਮਕਾਜ ਬਾਰੇ ਉਹਨਾਂ ਦੇ ਸਾਰੇ ਦੇਖ ਸਕਣ, ਅਤੇ ਸਾਡੇ ਜਿਹੜੇ ਟੀਚਰਸ ਹੈਗੇ ਨੇ ਉਹ ਵੀ ਉੱਥੇ ਜਾ ਕੇ ਨਵੀਂ ਟੈਕਨੀਕ ਦੇ ਸਿੱਖਿਆ ਲੈ ਸਕਣ। ਐਸ ਸੱਚ ਦੇਖਿਆ ਜਾਵੇ ਤਾਂ BDS ਜਿਹੜੇ ਵਿਦਿਆਰਥੀ ਸਾਡੇ ਡੈਂਟਲ ਵਿਦਿਆਰਥੀ ਨੇ ਉਹਨਾਂ ਦੀ ਹਾਲੇ ਵੀ ਬਹੁਤ ਘਾਟ ਹੈਗੀ ਹੈ, ਹਿੰਦੁਸਤਾਨ 'ਚ ਵੀ ਘਾਟ ਹੈ, ਬਾਹਰ ਜਿਹੜੇ ਸਾਡੇ ਵਿਦਿਆਰਥੀ ਜਾਂਦੇ ਨੇ, ਕਿਉਂਕਿ ਸਾਡਾ ਜਿਹੜਾ ਟੀਚਿੰਗ ਸਟਾਈਲ ਹੈਗਾ ਲੇਟੈਸਟ ਸਾਡੇ ਕੋਲ ਇਕੁਇਪਮੈਂਟ ਹੈ, ਸਾਰਾ ਟੀਚਿੰਗ ਸਟਾਈਲ ਜੋ ਵੀ ਸਾਡਾ ਹੈਗਾ ਉਹਦੇ ਨਾਲ ਬਾਹਰ ਜਾ ਕੇ ਸਾਡੇ ਵਿਦਿਆਰਥੀ ਜਿਹੜੇ ਉਹਨਾਂ ਦੇ ਖਾਸ ਕਰਕੇ ਕੈਨੇਡਾ, ਅਮੈਰੀਕਾ, ਆਸਟ੍ਰੇਲੀਆ, ਹੋਰ ਕੰਟਰੀਜ਼ ਦੇ ਵਿੱਚ ਜਾਂਦੇ ਨੇ ਅਤੇ ਉਹਨਾਂ ਦੇ ਜਿਹੜੇ ਟੈਸਟ ਹੈਗੇ ਨੇ ਬਹੁਤ ਆਸਾਨੀ ਨਾਲ ਕਲੀਅਰ ਕਰਕੇ ਅਤੇ ਉੱਥੇ ਆਪਣਾ ਸੈੱਟ ਹੋ ਜਾਂਦੇ ਨੇ। ਇਸ ਤੋਂ ਇਲਾਵਾ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਕਾਲਜ ਦੇ ਵਿਦਿਆਰਥੀਆਂ ਨੇ ਵੀ ਜਾਣਕਾਰੀ ਦਿੱਤੀ। ਮੇਰਾ ਨਾਮ ਜੈਪਾਲ ਕੌਰ ਹੈ ਅਤੇ ਮੈਂ ਇਸ ਕਾਲਜ ਦੀ ਇੰਟਰਨ ਹਾਂ। ਮੈਨੂੰ 5 ਸਾਲ ਹੋ ਗਏ ਇਸ ਇੰਸਟੀਟਿਊਟ 'ਚ ਪੜ੍ਹਦੇ ਹਾਂ ਐਂਡ ਜਿੰਨੀਆਂ ਸਿਫਤਾਂ ਮੈਂ ਇਸ ਕਾਲਜ ਦੀਆਂ ਇੱਥੇ ਆਉਣ ਤੋਂ ਪਹਿਲਾਂ ਸੁਣੀਆਂ ਸੀ ਉਹ ਤੋਂ ਬਾਅਦ ਮੈਨੂੰ ਇੱਥੇ ਐਕਸਪੀਰੀਅੰਸ ਹੋਇਆ। ਇੱਥੋਂ ਦੇ ਪ੍ਰਿੰਸੀਪਲ ਸਰ ਡਾਕਟਰ ਕਵੀਪਾਲ ਐਂਡ ਸਾਰਾ ਸਟਾਫ ਬਹੁਤ ਹੀ ਕੋਆਪਰੇਟਿਵ ਐਂਡ ਵੈਰੀ ਵੈਲ ਕੁਆਲੀਫਾਈਡ ਆ। ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਇੱਥੇ ਪ੍ਰੋਬਲਮ ਹੋਵੇ ਸਰ ਵੇਲੇ ਨਾਲ ਸੁਣਦੇ ਆ, ਹਰ ਟਾਈਮ ਹਰ ਚੀਜ਼ ਦਾ ਸਾਨੂੰ ਜੋ ਚਾਹੀਦਾ ਹੁੰਦਾ ਸਰ ਹਰ ਚੀਜ਼ ਦੀ ਅਵੇਲੇਬਿਲਟੀ ਪ੍ਰੋਵਾਈਡ ਕਰਦੇ ਆ। ਅਤੇ ਇੱਥੋਂ ਦੇ ਸਟਾਫ ਦੀ ਜਿੰਨੀ ਸਿਫਤ ਕਰੋ ਉਨੀ ਘੱਟ ਹੈ। ਸਾਨੂੰ ਥਿਊਰੈਟੀਕਲ ਪੋਰਸ਼ਨ ਦੇ ਨਾਲ ਨਾਲ ਪ੍ਰੈਕਟੀਕਲ ਕਲੀਨਿਕਲ ਵਰਕ ਦਾ ਵੀ ਬਹੁਤ ਜ਼ਿਆਦਾ ਐਕਸਪੋਜ਼ਰ ਹੈ। ਅਸੀਂ ਹਰ ਚੀਜ਼ ਜੋ ਕਿ ਸਾਨੂੰ ਸਾਡੇ ਫਿਊਚਰ 'ਚ ਹੈਲਪ ਕਰ ਸਕਦੀ ਆ ਉਹਨੂੰ ਵੇਲੇ ਨਾਲ ਹੀ ਐਕਸਪੀਰੀਅੰਸ ਕਰਦੇ ਹਾਂ, ਆਪਣੇ ਹੱਥਾਂ 'ਚੋਂ ਕੱਢਦੇ ਹਾਂ ਤਾਂ ਕਿ ਸਾਨੂੰ ਫਿਊਚਰ 'ਚ ਕੋਈ ਪ੍ਰੋਬਲਮ ਨਾ ਆਏ। ਸੋ ਆਈ ਐਮ ਰੀਅਲੀ ਪ੍ਰਾਊਡ ਟੂ ਬੀ ਅ SGRDN ਐਂਡ ਮੈਂ ਆਪਣੇ ਸਾਰੇ ਜਿੰਨੇ ਵੀ ਮੇਰੇ ਫਰੈਂਡਸ ਹੈ ਜਾਂ ਫਿਰ ਮੇਰੇ ਫੈਮਿਲੀ ਮੈਂਬਰਸ ਹੈ, ਮੈਂ ਸਭ ਨੂੰ ਉਹਨਾਂ ਦੇ ਬੱਚਿਆਂ ਲਈ ਸਭ ਲਈ ਕਾਲਜ ਸੁਜੈਸਟ ਕਰਦੀ ਹਾਂ। ਮੇਰਾ ਨਾਮ ਅਨੰਦਪ੍ਰੀਤ ਸਿੰਘ ਹੈ, ਮੈਂ ਇਸ ਕਾਲਜ ਵਿੱਚ ਸੈਕਿੰਡ ਈਅਰ ਦਾ ਸਟੂਡੈਂਟ ਹਾਂ। ਮੈਨੂੰ ਆਪਣੇ ਕਾਲਜ ਉੱਤੇ ਬਹੁਤ ਮਾਣ ਹੈ, ਇੱਥੋਂ ਦੇ ਟੀਚਰਸ ਬਹੁਤ ਵਧੀਆ ਨੇ, ਇੱਥੋਂ ਦਾ ਸਟਾਫ ਬਹੁਤ ਵਧੀਆ, ਇੱਥੋਂ ਦੇ ਟੈਕਨੀਸ਼ੀਅਨ ਜੋ ਸਾਡੇ ਲੈਬ ਵਿੱਚ ਬਹੁਤ ਹੈਲਪ ਕਰਦੇ ਨੇ। ਇਸ ਕਾਲਜ ਵਿੱਚ ਰੈਗਿੰਗ ਬਿਲਕੁਲ ਨਹੀਂ ਹੁੰਦੀ, ਜਿਵੇਂ ਕਿ ਕਹਿੰਦੇ ਕਿ ਕਾਲਜ ਵਿੱਚ ਆ ਕੇ ਰੈਗਿੰਗ ਦਾ ਡਰ ਹੁੰਦਾ, ਇੱਥੇ ਬਿਲਕੁਲ ਬਹੁਤ ਹੀ ਫਰੈਂਡਲੀ ਮਾਹੌਲ ਹੈ, ਅਸੀਂ ਬਹੁਤ ਵਧੀਆ ਤਰੀਕੇ ਨਾਲ ਇੱਥੇ ਪੜ੍ਹ ਰਹੇ ਹਾਂ ਅਤੇ ਸਾਡੀ ਡਿਗਰੀ ਦਾ ਇੱਥੇ ਬਹੁਤ ਫਾਇਦਾ ਹੈ। ਪੰਜਾਬ ਦਾ ਟੋਪ ਡੈਂਟਲ ਕਾਲਜ ਵਿੱਚ ਇਹਦਾ ਨਾਮ ਹੈ ਐਂਡ ਆਈ ਐਮ ਪ੍ਰਾਊਡ ਟੂ ਬੀ ਐਨ SGRDN। ਮੇਰਾ ਨਾਮ ਖਿਆਤੀ ਵਿਜਨ ਹੈ, ਮੈਂ ਇਸ ਕਾਲਜ ਮੈਂ ਇੱਕ ਪੋਸਟ ਗ੍ਰੈਜੂਏਟ ਸਟੂਡੈਂਟ ਹੂੰ। ਮੇਰੇ ਲਈ ਬਹੁਤ ਹੀ ਪ੍ਰਾਊਡ ਮੂਮੈਂਟ ਥਾ ਦ ਡੇ ਆਈ ਜੁਆਇਨ SGRDN। ਯਹਾਂ ਪੇ ਹਰ ਡਿਪਾਰਟਮੈਂਟ ਮੈਂ ਲੇਟੈਸਟ ਫੈਸਿਲਿਟੀ ਵਿਦ ਵੈਰੀ ਗੁੱਡ ਇਕੁਇਪਮੈਂਟ ਇਜ਼ ਅਵੇਲੇਬਲ, ਦੀ ਇਨਫਰਾਸਟ੍ਰਕਚਰ ਇਜ਼ ਵੈਰੀ ਗੁੱਡ। ਐਜ਼ ਅ ਗਰਲ ਮੇਰੇ ਪੇਰੈਂਟਸ ਕੋ ਹੋਸਟਲ ਕੀ ਬਹੁਤ ਜ਼ਿਆਦਾ ਟੈਨਸ਼ਨ ਥੀ। ਯਹਾਂ ਪੇ ਬਹੁਤ ਅੱਛੀ ਟ੍ਰਾਂਸਪੋਰਟ ਫੈਸਿਲਿਟੀ ਹੈ ਫਰੋਮ ਦ ਕਾਲਜ ਟੂ ਦੀ ਹੋਸਟਲ, ਹੋਸਟਲ ਇਜ਼ ਆਲਸੋ ਵੈਰੀ ਵੈਲ ਮੇਨਟੇਨਡ, ਸਾਥ ਮੇਂ ਵਾਰਡਨ ਇਜ਼ 24/7 ਅਵੇਲੇਬਲ। ਇਸਕੇ ਸਾਥ ਸਾਥ ਹਮੇ ਹਰ ਡਿਪਾਰਟਮੈਂਟ ਮੈਂ ਇਕੁਇਪਮੈਂਟ, ਅੱਛਾ ਲੈਬ, ਸਭ ਕੁਛ ਪ੍ਰੋਵਾਈਡ ਕੀਆ ਗਿਆ ਹੈ। ਇਟਸ ਅ ਵੈਰੀ ਪ੍ਰਾਊਡ ਮੂਮੈਂਟ ਫੋਰ ਮੀ ਕਿ ਮੈਂ SGRDN ਕੀ ਇੱਕ ਸਟੂਡੈਂਟ ਹੂੰ। ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਰਾਜਨਪ੍ਰੀਤ ਸਿੰਘ ਹੈ, ਮੈਂ ਫਾਈਨਲ ਈਅਰ ਦਾ ਸਟੂਡੈਂਟ ਹੈ। ਇਟਸ ਬੀਨ ਅ ਬਲੈਸਿੰਗ ਫੋਰ ਮੀ ਟੂ ਬੀ ਐਨ SGRDN। ਇਸ ਕਾਲਜ ਵਿੱਚ ਵੀ ਹੈਵ ਐਂਪਲ ਅਮਾਊਂਟ ਆਫ ਪੇਸ਼ੈਂਟਸ ਵਿਦ ਅਸ, ਇਟਸ ਗੁੱਡ ਫੋਰ ਵਰਕਿੰਗ ਵਿਦ ਦੀਸ ਪੇਸ਼ੈਂਟਸ। ਵੀ ਡੋਂਟ ਨੀਡ ਟੂ ਗੋ ਫੋਰ ਐਨੀ ਡਿਪਲੋਮਾ ਕੋਰਸਿਸ ਔਰ ਐਨੀ 6 ਮੰਥ ਕੋਰਸਿਸ ਇਨ ਦਾ ਆਊਟਸਾਈਡ ਇਨਵਾਇਰਮੈਂਟਸ।
ਇੱਥੇ ਓ ਪੀ ਡੀ ਵੀ ਬਹੁਤ ਵਧੀਆ ਵਾ ਸਾਡੇ ਕੋਲ ਇਕੁਇਪਮੈਂਟਸ ਅਤੇ ਡੈਂਟਲ ਚੇਅਰਸ ਆਰ ਵੈਲ ਅਪਗ੍ਰੇਡਡ ਐਂਡ ਵੀ ਡੋਂਟ ਨੀਡ ਟੂ ਗੋ ਫੋਰ ਦੀ ਆਊਟਸਾਈਡ ਕਲੀਨਿਕਸ ਫੋਰ ਐਨੀ ਪ੍ਰੈਕਟਿਸ ਮੇਰਾ ਨਾਮ ਗੁਰਸੇਵਕ ਸਿੰਘ ਹੈ ਅਤੇ ਮੈਂ ਸ਼੍ਰੀ ਗੁਰੂ ਰਾਮਦਾਸ ਡੈਂਟਲ ਕਾਲਜ ਦੇ ਫਾਈਨਲ ਪ੍ਰੋਫ ਦਾ ਸਟੂਡੈਂਟ ਹਾਂ ਸਾਡੇ ਕਾਲਜ ਵਿੱਚ ਪੜ੍ਹਾਈ ਦੇ ਨਾਲ ਨਾਲ ਕਲਚਰ ਐਕਟੀਵਿਟੀ ਬਾਰੇ ਵੀ ਬਹੁਤ ਖਿਆਲ ਰੱਖਿਆ ਜਾਂਦਾ ਹੈ ਜਿਵੇਂ ਕਿ ਗਿੱਧਾ ਭੰਗੜਾ ਅਤੇ ਹੋਰ ਸਪੋਰਟਸ ਐਕਟੀਵਿਟੀਜ਼ ਵਿੱਚ ਵੀ ਸਾਨੂੰ ਹਿੱਸਾ ਲੈਣ ਦਾ ਮੌਕਾ ਮਿਲਦਾ ਹੈ ਗਿੱਧੇ ਭੰਗੜੇ ਦੇ ਵਿੱਚ ਵੀ ਕਰਨ ਦੇ ਨਾਲ ਨਾਲ ਸਾਨੂੰ ਇੱਥੇ ਕੋਚਿੰਗ ਪ੍ਰੋਵਾਈਡ ਕੀਤੀ ਜਾਂਦੀ ਹੈ ਬਾਹਰੋਂ ਟੀਚਰ ਬੁਲਾਏ ਜਾਂਦੇ ਨੇ ਜੋ ਸਾਨੂੰ ਭੰਗੜੇ ਔਰ ਗਿੱਧੇ ਦੀ ਕੋਚਿੰਗ ਦਿੰਦੇ ਹਨ ਇੱਥੇ ਨਾਲ ਨਾਲ ਹਰ ਸਾਲ ਸਪੋਰਟਸ ਮੀਟ ਵੀ ਕੀਤੀ ਜਾਂਦੀ ਹੈ ਜਿਸ ਵਿੱਚ ਬੱਚੇ ਵੱਖ ਵੱਖ ਗੇਮਾਂ ਦੇ ਵਿੱਚ ਹਿੱਸਾ ਲੈ ਕੇ ਵੱਖ ਵੱਖ ਪ੍ਰਾਪਤੀਆਂ ਕਰਦੇ ਹਨ ਸਤਿ ਸ਼੍ਰੀ ਅਕਾਲ ਮੈਂ ਗੁਰਨੀਤ ਕੌਰ ਸੈਕਿੰਡ ਪ੍ਰੋਫ ਦੀ ਇੱਥੇ ਡੈਂਟਲ ਕਾਲਜ ਵਿਦਿਆਰਥੀ ਹਾਂ ਸਾਡੇ ਕਾਲਜ ਵਿੱਚ ਪੜ੍ਹਾਈ ਅਤੇ ਕਲਚਰਲ ਐਕਟੀਵਿਟੀਜ਼ ਦੇ ਨਾਲ ਨਾਲ ਬਹੁਤ ਸਾਰੇ ਅਵੇਅਰਨੈਸ ਕੈਂਪਸ ਵੀ ਲਗਾਏ ਜਾਂਦੇ ਹੈ ਅਤੇ ਜਿੱਥੇ ਅਸੀਂ ਕੈਂਪਸ ਲਾਉਂਦੇ ਹਾਂ ਉੱਥੇ ਤੋਂ ਜਿਹੜੇ ਪੇਸ਼ੈਂਟਸ ਆਉਂਦੇ ਹੈ ਅਤੇ ਜਿਹੜੇ ਪਿੰਗਲਵਾੜੇ ਤੋਂ ਪੇਸ਼ੈਂਟਸ ਆਉਂਦੇ ਹੈ ਉਹਨਾਂ ਦਾ ਸਾਡੇ ਕਾਲਜ ਵਿੱਚ ਮੁਫਤ ਇਲਾਜ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਅਵੇਅਰ ਹੋਰ ਕੀਤਾ ਜਾਂਦਾ ਕਿ ਆਪਾਂ ਹੋਰ ਉਹਨਾਂ ਦੀ ਹੈਲਪ ਕਰ ਸਕਦੇ ਹਾਂ ਕਿੱਦਾਂ ਹੈਲਪ ਕਰ ਸਕਦੇ ਹਾਂ ਅਤੇ ਜੋ ਵੀ ਉਹਨਾਂ ਨੂੰ ਸਾਡੇ ਤੋਂ ਫੈਸਿਲਿਟੀ ਚਾਹੀਦੀ ਹੈ ਸਾਡਾ ਪੂਰਾ ਸਟਾਫ ਅਤੇ ਜੋ ਵੀ ਇੰਟਰਨਸ ਹੈ ਪੀ ਜੀਜ਼ ਹੈ ਸਾਰੇ ਇਕੱਠੇ ਉਹਨਾਂ ਦੀ ਹੈਲਪ ਕਰਦੇ ਹਾਂ ਅਤੇ ਵੀ ਆਲ ਆਰ ਪ੍ਰਾਊਡ ਕਿ ਅਸੀਂ ਇਸ ਸੰਸਥਾ ਦਾ ਹਿੱਸਾ ਹਾਂ ਮੇਰਾ ਨਾਮ ਉਸਤਤ ਹੈ ਅਤੇ ਮੈਂ ਸੈਕਿੰਡ ਵਿਦਿਆਰਥਣ ਹਾਂ ਕਹਿੰਦੇ ਨੇ ਨਾ ਸੁਪਨੇ ਤਾਂ ਹਰ ਇਨਸਾਨ ਲੈ ਕੇ ਆਉਂਦਾ ਪਰ ਸ਼੍ਰੀ ਗੁਰੂ ਰਾਮਦਾਸ ਡੈਂਟਲ ਕਾਲਜ ਦਾ ਮੰਚ ਇੱਕ ਇਹੋ ਜਿਹਾ ਵਿਹੜਾ ਹੈ ਜੋ ਸਾਨੂੰ ਸਾਡੇ ਸੁਪਨੇ ਸਾਕਾਰ ਕਰਨ ਲਈ ਬਹੁਤ ਪ੍ਰੇਰਿਤ ਕਰਦਾ ਇੱਥੇ ਸਾਲਾਨਾ ਰਿਜ਼ਲਟ ਬਹੁਤ ਹੀ ਅੱਵਲ ਆਉਂਦਾ ਹੈ ਅਤੇ ਸਾਰੇ ਵਿਦਿਆਰਥੀ ਵੱਧ ਚੜ੍ਹ ਕੇ ਹਰ ਇੱਕ ਕਲਚਰਲ ਐਕਟੀਵਿਟੀ ਅਤੇ ਪੜ੍ਹਾਈ ਵਿੱਚ ਵੀ ਅੱਵਲ ਆਉਂਦੇ ਨੇ